ਇਸ ਗੱਲ 'ਚ ਮੈਂ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਸਮੇਂ ਸਮੇਂ ਸਿਰ ਸਾਡੇ ਨੋਟਸ 'ਚ ਇੱਦਾਂ ਦੀਆਂ ਗੱਲਾਂ ਲਿਆਉਂਦੇ ਆ। ਮੈਂ ਅੱਜ ਹੀ PCR ਨੂੰ ਰਾਤ ਨੂੰ ਕਹਿੰਦਾ ਵੀ ਉਹ ਰਾਤ ਨੂੰ PCR ਜਿਹੜੀ ਉੱਥੇ ਵਾਰ ਵਾਰ ਪੈਟਰੋਲਿੰਗ ਕਰਕੇ ਜਿਹੜਾ ਹੈਗਾ ਉੱਥੇ ਉਹਨੂੰ ਇਹੋ ਜਿਹੀ ਕੋਈ ਜਿਹੜੀ ਨਸ਼ਾ ਟੈਪ ਜਿਹੜਾ ਕੋਈ ਸੇਵਨ ਕਰਦੇ ਬਿਲਕੁਲ ਉੱਥੋਂ ਬੰਦ ਕੀਤਾ ਜਾਵੇ। ਉਹਦੇ 'ਚ ਅਸੀਂ ਜਿਹੜਾ ਹੈਗਾ ਜੀ 27 NDP ਸੈਟ ਦੇ ਜਿਹੜੇ ਤਹਿਤ ਜੇਕਰ ਕੋਈ ਪੀਂਦਾ ਫੜਿਆ ਗਿਆ ਤਾਂ ਅਸੀਂ ਪਰਚਾ ਦੇਵਾਂਗੇ। ਪਲੱਸ ਇੱਕ ਨਵਾਂ ਸਾਡਾ ਮਾਣਯੋਗ ਸਾਡੇ ਜਿਹੜੇ DGP ਸਾਹਿਬ SSP ਸਾਹਿਬ ਨੇ ਉਹਨਾਂ ਨੇ ਇੱਕ ਨਵਾਂ ਤਰੀਕਾ ਚਲਾਇਆ ਕਿ ਜਦੋਂ ਅਸੀਂ 27 NDPC 'ਤੇ ਪਰਚਾ ਦੇਵਾਂਗੇ ਅਤੇ 64A ਦੇ ਤਹਿਤ ਅਸੀਂ ਉਹਨਾਂ ਬੱਚਿਆਂ ਦਾ ਜਿਹੜਾ ਟ੍ਰੀਟਮੈਂਟ ਵੀ ਜੱਜ ਸਾਹਿਬ ਕੋਲ ਰਿਕਮੈਂਡ ਕਰਾ ਕੇ ਜਿਹੜਾ ਹੈਗਾ ਉਹ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਨਸ਼ੇ ਤੋਂ ਬਚ ਸਕਣ। ਸਰ ਕੀ ਉਪਰਾਲੇ ਕੀਤੇ ਜਾ ਰਹੇ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ, ਜਿਵੇਂ ਤੁਸੀਂ ਕੈਂਪ ਲਗਾ ਰਹੇ ਹੋ ਜਾਂ ਹੁਣ ਤੁਸੀਂ ਦੱਸਿਆ ਕਿ ਜੇ ਕੋਈ ਅਡਿਕਟਡ ਫੜਿਆ ਜਾਂਦਾ ਤਾਂ ਉਹਦਾ ਇਲਾਜ ਵੀ ਕਰਾਇਆ ਜਾਏਗਾ, ਇਸ ਤਰ੍ਹਾਂ ਦੇ? ਅਸੀਂ ਇੱਥੇ ਦੇਖੋ ਸਮੇਂ ਸਮੇਂ ਸਿਰ ਕੋਈ ਸਪੋਰਟਸ ਐਕਟੀਵਿਟੀ ਕਰਾਈ ਪਹਿਲਾਂ, ਫਿਰ ਅਸੀਂ ਹੁਣ ਜਿੱਦਾਂ ਅਸੀਂ ਕਲਚਰ ਪ੍ਰੋਗਰਾਮ ਕਰਾਇਆ ਅਤੇ ਅਸੀਂ ਕੈਂਪ ਵੀ ਲਾਉਂਦੇ ਹਾਂ, ਅਸੀਂ ਮੁਹੱਲਿਆਂ 'ਚ ਵੀ ਜਾ ਕੇ ਕਰਦੇ ਹਾਂ। ਹੁਣ ਸ਼ਾਇਦ ਥੋੜ੍ਹੇ ਟਾਈਮ ਤੱਕ ਅਸੀਂ ਇੱਕ ਹੋਰ ਬਹੁਤ ਵਧੀਆ ਸਾਰਿਆਂ ਦੇ ਨਾਲ ਰਲ ਕੇ ਤੁਹਾਡੇ ਨਾਲ ਵੀ ਰਲ ਕੇ ਅਸੀਂ ਇੱਕ ਬਹੁਤ ਵਧੀਆ ਕਰਨ ਲੱਗੇ ਹਾਂ ਵੀ ਹਫ਼ਤੇ ਜਾਂ 15 ਦਿਨ 'ਚ ਇੱਕ ਅਸੀਂ ਇੱਦਾਂ ਦਾ ਬਾਜ਼ਾਰ 'ਚ ਜਾਂ ਮੁਹੱਲੇ 'ਚ ਇੱਦਾਂ ਦਾ ਇੱਕ ਸਪੋਰਟਸ ਐਕਟੀਵਿਟੀ ਕਰਾਇਆ ਕਰਾਂਗੇ ਜਿਹਦੇ ਨਾਲ ਲੋਕ ਜਾਂ ਬੱਚੇ ਪ੍ਰਭਾਵਿਤ ਹੋਣਗੇ। ਔਰ ਇੱਕ ਅਸੀਂ ਇਹਦੇ 'ਚ ਹੋਰ ਪਲੱਸ ਕੀਤਾ ਆ ਵੀ ਸਾਡੀਆਂ ਲੜਕੀਆਂ ਜਿਹੜੀਆਂ ਪੁਲਿਸ ਵਾਲੀਆਂ ਨੇ ਉਹ ਮੁਹੱਲਿਆਂ 'ਚ ਜਾਣਗੀਆਂ, ਔਰਤਾਂ ਨੂੰ ਮਿਲਣਗੀਆਂ, ਲੇਡੀਜ਼ ਨੂੰ ਪੁੱਛ ਕੇ ਦੱਸਿਆ ਕਰਨਗੀਆਂ ਵੀ ਕਿਹਨਾਂ ਦਾ ਬੱਚਾ ਡਰੱਗਸ ਲੈਂਦਾ ਅਤੇ ਉਹਨਾਂ ਦੀ ਅਸੀਂ ਹੈਲਪ ਕਰਾਂਗੇ। ਸਾਡਾ ਮੇਨ ਮਕਸਦ ਹੈਗਾ ਵੀ ਜਿਸ ਚੀਜ਼ ਨੂੰ ਕੋਈ ਖਰੀਦਣ ਵਾਲਾ ਨਹੀਂ ਰਹੇਗਾ ਤਾਂ ਉਹ ਚੀਜ਼ ਵਿਕੇਗੀ ਕਿੱਦਾਂ? ਹੈਰੋਇਨ ਨੂੰ ਰੋਕਣ ਲਈ, ਚਿੱਟੇ ਨੂੰ ਰੋਕਣ ਲਈ ਸਾਡੇ ਕੋਲ ਸਭ ਤੋਂ ਜਿਹੜਾ ਵਧੀਆ ਰਸਤਾ ਨਾ ਇਹੋ ਹੀ ਆ ਵੀ ਅਸੀਂ ਕਸਟਮਰ ਜਿਹੜਾ ਨਾ ਉਹਨੂੰ ਖਤਮ ਕਰਨਾ ਚਾਹੁੰਦੇ। ਸਰ ਕੀ ਰਿਸਪੋਂਸ ਰਿਹਾ ਹੁਣ ਤੱਕ ਤੁਹਾਡੀ ਐਕਟੀਵਿਟੀ ਦਾ ਅਤੇ ਅੱਗੇ ਆਉਣ ਵਾਲੇ ਸਮੇਂ 'ਚ ਕੀ ਉਮੀਦ ਹੈ ਕਿ ਕਿੰਨਾ ਕੁ ਰਿਸਪੋਂਸ ਰਹੇਗਾ? ਬਹੁਤ ਵਧੀਆ ਜੀ, ਲੋਕ ਸਾਡਾ ਬਹੁਤ ਸਾਥ ਦੇ ਰਹੇ ਨੇ, ਸਪੈਸ਼ਲ ਤੁਸੀਂ ਪ੍ਰੈਸ ਵਾਲੇ ਬੜਾ ਸਾਥ ਦੇ ਰਹੇ ਹੋ। ਈਵਨ ਹੁਣ ਤਾਂ ਸਾਨੂੰ ਪੋਲੀਟੀਕਲ ਆਰਮੀ BSF ਇਹ ਸਾਰਾ ਹੀ ਸਾਡਾ ਸਾਥ ਦੇਣ ਲੱਗ ਪਏ, ਸਕੂਲਾਂ ਵਾਲੇ ਸਾਡਾ ਸਾਥ ਦੇ ਰਹੇ ਨੇ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਜੀ। ਇੱਕ ਗੱਲ ਮੈਂ ਜ਼ਰੂਰ ਕਹਾਂਗਾ, ਜਿਹੜੇ ਆਮ ਲੋਕ ਨੇ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਇਸ ਵਿੱਚ ਪੈ ਗਏ ਨੇ, ਉਹ ਸਾਡੇ ਤੱਕ ਅਪਰੋਚ ਕਰਨ 'ਚ ਕੋਈ ਸੰਕੋਚ ਨਾ ਕਰਨ, ਕੋਈ ਢਿੱਲ ਨਾ ਵਰਤਣ, ਜਿੰਨੀ ਜਲਦੀ ਹੋ ਸਕਦਾ ਸਾਡੇ ਨਾਲ ਸੰਪਰਕ ਕਰਕੇ ਸਾਡੀ ਮਦਦ ਲੈਣ। ਇੱਕ ਸਰ ਆਮ ਲੋਕਾਂ 'ਚ ਇਹ ਵੀ ਧਾਰਨਾ ਹੈਗੀ ਜਿਵੇਂ ਤੁਸੀਂ ਦੱਸਿਆ ਅਪਰੋਚ ਕਰਨ ਕਿ ਸ਼ਾਇਦ ਜੇ ਆਪਾਂ ਪੁਲਿਸ ਨੂੰ ਦੱਸਾਂਗੇ ਜਾਂ ਇਨਫੋਰਮੇਸ਼ਨ ਦੇਵਾਂਗੇ ਕੱਲ੍ਹ ਨੂੰ ਨਸ਼ਾ ਤਸਕਰ ਸਾਡੇ 'ਤੇ ਕੋਈ ਮਤਲਬ ਨੁਕਸਾਨ ਨਾ ਕਰਨ ਜਾਂ ਸਾਡੇ 'ਤੇ ਹਮਲਾ ਨਾ ਕਰ ਦੇਣ, ਇਸ ਤਰ੍ਹਾਂ ਨਾਮ ਗੁਪਤ ਰੱਖਿਆ ਜਾਂਦਾ ਇਸ ਤਰ੍ਹਾਂ ਦਾ ਕੁਛ? ਨਾਮ ਵੀ ਗੁਪਤ ਰੱਖਿਆ ਜਾਂਦਾ ਜੀ, ਤਾਂ ਜਿਹੜੇ ਤਸਕਰ ਨੇ ਉਹਨਾਂ ਨੂੰ ਤਾਂ ਸਾਡੀ ਡਾਇਰੈਕਟ ਵਾਰਨਿੰਗ ਹੀ ਆ, ਅਪੀਲ ਤਾਂ ਉਹਨਾਂ ਨੂੰ ਹੋ ਨਹੀਂ ਸਕਦੀ, ਉਹਨਾਂ ਨੂੰ ਡਾਇਰੈਕਟ ਵਾਰਨਿੰਗ ਆ ਵੀ ਜੇਕਰ ਕਿਸੇ ਨੇ ਇੱਦਾਂ ਕਿਸੇ ਨੂੰ ਧਮਕਾਇਆ ਜਾਂ ਢਮਾਇਆ ਅਤੇ ਉਹ ਮੁੜ ਕੇ ਜੇਲ੍ਹ ਦੇ ਵਿੱਚ ਹੀ ਲੰਮਾ ਸਮਾਂ ਰਹੇਗਾ। ਠੀਕ ਹੈ, ਪ੍ਰੋਪਰਟੀਆਂ ਅਸੀਂ ਬਹੁਤ ਜ਼ਿਆਦਾ ਸੀਲ ਕਰਤੀਆਂ ਜੀ, ਔਰ ਗੁਰਦਾਸਪੁਰ ਦਾ ਹੀ ਇੱਕ ਪਿੱਟ ਕੇਸ ਸੀ ਜਿਹੜਾ ਸ਼ਾਇਦ ਪੰਜਾਬ 'ਚ ਡਿਸਟ੍ਰਿਕਟ ਪੁਲਿਸ ਵੱਲੋਂ ਪਹਿਲੀ ਵਾਰੀ ਤਿਆਰ ਕੀਤਾ ਗਿਆ, ਉਹ ਸਾਡਾ ਉਹ ਵੀ ਕੇਸ ਮੈਨੂੰ ਲੱਗਦਾ 2-4 ਦਿਨ ਦੇ ਵਿੱਚ ਜਿਹੜਾ ਹੈਗਾ ਪਾਸ ਹੋ ਚੱਲਿਆ ਅਤੇ ਇਹ ਬੜੀ ਮਾਣ ਦੀ ਗੱਲ ਹੋਏਗੀ ਵੀ ਉਹ ਗੁਰਦਾਸਪੁਰ ਦਾ ਕੇਸ ਹੁਣ ਤੁਹਾਡੇ ਬਾਹਰਲੀਆਂ ਸਟੇਟਾਂ 'ਚ ਵਾਲਿਆਂ ਨੇ ਵੀ ਸਾਡਾ ਉਹ ਕੇਸ ਮੰਗਿਆ। ਉਹ ਸਾਰਾ ਜਿਹੜਾ ਮਾਣਯੋਗ ਸਾਡੇ SSP ਸਾਹਿਬ ਦੀ ਸੁਪਰਵੀਜ਼ਨ 'ਚ ਉਹਨਾਂ ਨੇ ਮੇਰੀ ਡਿਊਟੀ ਲਾਈ, ਮੇਰੀ ਟੀਮ ਨੇ ਉਹ ਫਸਟ ਕੰਮ ਜਿਹੜਾ ਹੈਗਾ ਡਿਸਟ੍ਰਿਕਟ ਪੁਲਿਸ ਵੱਲੋਂ ਕੀਤਾ ਆ ਅਤੇ ਇਹ ਆਸ ਆ ਜਦੋਂ ਬੰਦੇ ਨਜ਼ਰਬੰਦ ਹੋਣ ਲੱਗ ਪੈਣਗੇ, ਪ੍ਰੋਪਰਟੀਆਂ ਸੀਲ ਹੋ ਜਾਣਗੀਆਂ, ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹਨੇ ਇਹ ਇਸ ਜਿਹੜੇ ਡਰੱਗਸ ਤੋਂ ਪ੍ਰੋਪਰਟੀ ਬਣਾਉਂਦੇ ਆ ਉਹ ਫਿਰ ਜਦੋਂ ਉਹਨਾਂ ਕੋਲ ਰਹਿਣੀ ਨਹੀਂ ਤਾਂ ਉਹ ਵੀ ਸਮਗਲਿੰਗ ਕਰਨੀ ਹਟ ਜਾਣਗੇ।